ਉਹ ਮੈਨੂੰ ਇੱਕ ਡਾਇਲੋਗ ਬੋਲਦੇ ਆ, ਕਹਿੰਦੇ ਵੀ ਤੂੰ ਆਪਣੇ ਮੁੰਡੇ ਨੂੰ ਜੋ ਕੁਛ ਬਣਾਉਣਾ ਚਾਹੁੰਦਾ ਸੀਗਾ ਉਹ ਬਣ ਗਿਆ, ਉਹ ਹੁਣ ਤੂੰ ਉਦਾਸ ਕਿਉਂ ਹੈ? ਉਹ ਬੰਦਾ ਕਹਿੰਦਾ ਮੈਂ ਇਸ ਕਰਕੇ ਉਦਾਸ ਨਹੀਂ, ਮੈਂ ਤਾਂ ਇਸ ਕਰਕੇ ਉਦਾਸ ਹਾਂ ਕਿ ਮੈਂ ਸਾਰੀ ਉਮਰ ਆਪਣੇ ਪੁੱਤ ਨੂੰ ਸਮਝਾਉਣ 'ਚ ਕੱਢਤੀ, ਮੈਂ ਉਹਨੂੰ ਸਮਝਿਆ ਕਦੇ ਵੀ ਨਹੀਂ। ਇਹ ਜਿਹੜੇ ਅਸੀਂ ਨਾ ਫਾਦਰ ਫਿਗਰ ਲੋਕ ਹਾਂ, ਜਿਹੜੇ ਚਾਹੇ ਮਦਰ ਫਿਗਰ ਲੋਕ ਨੇ, ਫਾਦਰ ਫਿਗਰ ਲੋਕ ਨੇ, ਇਹ ਸਾਡੇ 'ਚ ਇੱਕ ਬਹੁਤ ਵੱਡੀ ਪ੍ਰੋਬਲਮ ਹੈ। ਅਸੀਂ ਬੱਚਿਆਂ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ, ਅਸੀਂ ਹਮੇਸ਼ਾ ਬੱਚਿਆਂ ਦੇ ਫੈਸਲੇ ਥੋਪੇ ਨੇ, ਬੱਚਿਆਂ ਨੂੰ ਕਿਹਾ ਕਿ ਪੁੱਤ ਤੂੰ ਆਹ ਬਣਨਾ, ਪੁੱਤ ਤੂੰ ਆਹ ਕੱਪੜੇ ਪਾਉਣੇ ਹੈ, ਧੀਏ ਤੂੰ ਉੱਥੇ ਨਹੀਂ ਜਾਣਾ, ਤੂੰ ਬਾਹਰ ਖੁੱਲ੍ਹਣ ਛੱਡਣੇ, ਤੂੰ ਆਹ ਨਹੀਂ ਕਰਨਾ, ਤੂੰ ਉਹ ਨਹੀਂ ਕਰਨਾ। ਅਸੀਂ ਉਹਨਾਂ ਨੂੰ ਸਮਝਿਆ ਨਹੀਂ ਹੈਗਾ, ਉਹ ਕੀ ਚਾਹੁੰਦੇ ਨੇ, ਉਹ ਕੀ ਕਰਦੇ ਨੇ। ਜਦੋਂ ਅਸੀਂ ਉਹਨਾਂ ਨੂੰ ਨਹੀਂ ਸਮਝਦੇ, ਇਸੇ ਕਰਕੇ ਬਾਗੀ ਹੋ ਜਾਂਦੇ ਨੇ, ਅਤੇ ਉਹ ਤੁਹਾਨੂੰ ਇਹੋ ਜਿਹੀਆਂ ਗੱਲਾਂ ਬੋਲਦੇ ਨੇ ਜਿਹੜੇ ਤੁਹਾਡੇ ਦਿਲ ਨੂੰ ਹਰਟ ਕਰਦੀਆਂ। ਫਿਰ ਤੁਸੀਂ ਸਾਰੀ ਉਮਰ ਪਛਤਾਈ ਜਾਂਦੇ ਹੋ ਕਿ ਅਸੀਂ ਇੰਨੇ ਚਾਵਾਂ ਲੱਗਣਾ, ਔਲਾਦ ਨੂੰ ਪਾਲਿਆ ਸੀ, ਔਲਾਦ ਸਾਡੇ ਕਹਿਣੇ ਤੋਂ ਬਾਹਰ ਹੋ ਗਈ, ਆਹ ਹੋ ਗਿਆ, ਉਹ ਹੋ ਗਿਆ। ਸੋ ਇਹ ਤੁਹਾਡਾ ਨੁਕਸ ਹੈ, ਪੇਰੈਂਟਸ ਨੇ ਬੱਚਿਆਂ ਨੂੰ ਟਾਈਮ ਨਹੀਂ ਦਿੱਤਾ। ਪੇਰੈਂਟਸ ਸਭ ਤੋਂ ਵੱਡੀ ਪ੍ਰੋਬਲਮ ਕੀ ਹੈ ਅੱਜ? ਪੇਰੈਂਟਸ ਆਪਣੇ ਬੱਚੇ ਤੋਂ ਅੱਜ ਉਹ ਚੀਜ਼ ਮੰਗਦੇ ਨੇ ਜਿਹੜੀ ਚੀਜ਼ ਉਹਨਾਂ ਨੇ ਕਦੇ ਬੱਚੇ ਨੂੰ ਦਿੱਤੀ ਨਹੀਂ। ਜਿਹੜੀ ਚੀਜ਼ ਮੈਂ ਤੁਹਾਨੂੰ ਦਿੱਤੀ ਨਹੀਂ, ਫਰਾਈ ਨਹੀਂ, ਉਹ ਮੈਂ ਤੁਹਾਤੋਂ ਕਿਵੇਂ ਮੰਗ ਸਕਦਾ? ਪੇਰੈਂਟਸ ਨੇ ਸਿਖਾਇਆ ਹੀ ਨਹੀਂ ਬੱਚਿਆਂ ਨੂੰ ਕਿ ਪੁੱਤ ਰਿਗਾਰਡ ਨਾਂ ਦੀ ਕੀ ਚੀਜ਼ ਹੁੰਦੀ ਹੈ, ਕਦਰਾਂ ਕੀਮਤਾਂ ਕੀ ਹੁੰਦੀਆਂ, ਪੁੱਤ ਰਿਸ਼ਤੇ ਕੀ ਹੁੰਦੇ ਨੇ, ਪੇਰੈਂਟਸ ਨੇ ਸਿਖਾਇਆ ਹੀ ਨਹੀਂ। ਭਾਲ ਦੇ ਬੱਚਿਆਂ ਕੋਲ ਉਹ ਕੁਛ ਹੈ। ਹੁਣ ਸਵੇਰੇ ਉੱਠ ਕੇ ਬੱਚੇ ਨੂੰ ਮੋਬਾਈਲ ਫੜਾ ਦਿੰਦੇ, ਬੱਚਾ ਰੋਂਦਾ ਜਾਣ ਕਰਦਾ, ਲੋਕ ਕਾਰਟੂਨ ਲਾ ਕੇ ਬੱਚਿਆਂ ਨੂੰ ਫੜਾ ਤਾ ਮੋਬਾਈਲ। ਹੁਣ ਜਿਹੜੇ ਬੱਚੇ ਜਿਹੜੇ ਸੋਝੀ ਨਹੀਂ ਸੰਭਲੀ ਬੱਚੇ ਨੇ, ਉਹ ਇਨੋਸੈਂਸ ਨੇ, ਉਹ ਕਾਰਟੂਨ ਦੇਖ ਕੇ ਵੱਡੇ ਹੋਏ, ਵੱਡੇ ਹੋ ਕੇ ਫਿਰ ਕਾਰਟੂਨ ਹੀ ਬਣ ਗਏ। ਤੁਸੀਂ ਇਹਨਾਂ ਚੋਂ ਇੰਜੀਨੀਅਰ ਕਿੱਥੇ ਭਾਲਦੇ ਹੋ, ਡਾਕਟਰ ਕਿੱਥੇ ਭਾਲਦੇ ਹੋ, ਤੁਸੀਂ ਯੋਧੇ ਕਿੱਥੇ ਭਾਲਦੇ ਹੋ, ਚੰਗਾ ਇਨਸਾਨ ਕਿੱਥੋਂ ਭਾਲਦੇ ਹੋ? ਉਹਨਾਂ ਨੇ ਕਾਰਟੂਨ ਹੀ ਬਣਨਾ, ਫਿਰ ਅੱਗੇ ਕਾਰਟੂਨਾਂ ਦੇ ਕਾਰਟੂਨ ਜੰਮਣਗੇ। ਸੋ ਇਸ ਕਰਕੇ ਸਮਾਜ ਦਾ ਬਹੁਤ ਵੱਡਾ ਮਸਲਾ ਹੈ, ਬਹੁਤ ਵੱਡਾ ਮੁੱਦਾ ਹੈ। ਮੈਂ ਕਹਿੰਦਾ ਵਪਾਰ ਵਪੂਰ ਦੀਆਂ ਗੱਲਾਂ ਬਾਅਦ 'ਚ ਕਰ ਲਵਾਂਗੇ, ਬਾਅਦ 'ਚ ਕਰ ਲਵਾਂਗੇ ਆਪਾਂ, ਜਿੰਨਾ ਵਪਾਰ ਕਰਨਾ ਪਹਿਲਾਂ ਸਮਝਣ ਦੀ ਗੱਲ ਹੈ। ਅਸੀਂ ਰਿਸ਼ਤੇ ਸਮਝੀਏ, ਤੁਸੀਂ ਦੇਖੋ ਅੱਜ ਹੈ ਜੀ ਹਾਲਾਤ ਹੋ ਗਏ, ਸਾਡੇ ਆਪਣੇ ਫੈਮਿਲੀਜ਼ ਦੇ ਵਿੱਚ, ਆਪਣੇ ਘਰਾਂ ਦੇ ਵਿੱਚ ਸਾਡੀਆਂ ਕੁੜੀਆਂ ਸੇਫ ਨਹੀਂ ਹੈਗੀਆਂ। ਬਾਹਰ ਦੀ ਗੱਲ ਤਾਂ ਬਹੁਤ ਦੂਰ ਛੱਡੋ ਤੁਸੀਂ, ਇਹਦਾ ਮਤਲਬ ਕਿ ਰਿਸ਼ਤਿਆਂ ਦਾ ਘਾਣ ਹੋ ਗਿਆ, ਸਾਨੂੰ ਪਤਾ ਨਹੀਂ ਰਿਸ਼ਤੇ ਕੀ ਹੈ, ਭੈਣ ਭਰਾ ਨਾਲ ਤੁਰਿਆ ਫਿਰਦਾ, ਚਾਚੀ ਭਤੀਜੇ ਇੱਕ ਜਗ੍ਹਾ ਤੁਰੇ ਫਿਰਦੇ ਨੇ, ਮਤਲਬ ਤੁਸੀਂ ਕਿਤੇ ਵੀ ਸਾਡੀ ਤਾਂ ਸਾਡੀ ਧੀ ਭੈਣ ਬੱਚੀ ਕਿਤੇ ਵੀ ਸੇਫ ਨਹੀਂ। ਆਹ ਹੁਣ ਕਲਕੱਤੇ ਐਡਾ ਬੜਾ ਕਾਂਡ ਹੋਇਆ ਕਿ ਡਾਕਟਰ ਨਾਲ, ਪੜ੍ਹੀ ਲਿਖੀ ਕੁੜੀ ਨਾਲ ਇਹੋ ਜਿਹਾ ਮਾਮਲਾ ਹੋਇਆ। ਚਲੋ ਕਿਸੇ ਨਾਲ ਵੀ ਹੋ ਸਕਦਾ, ਐਕਸੀਡੈਂਟ ਹੈ ਬਹੁਤ ਵੱਡਾ ਇਹ, ਪਰ ਸਾਰੇ ਮੁਲਕ ਨੂੰ ਝੰਝੋੜ ਕੇ ਰੱਖਤਾ ਇਹਨੇ ਵੀ ਅਸੀਂ 2024 ਦੇ ਵਿੱਚ ਅਸੀਂ ਕੀ ਸਿੱਖਿਆ। ਤਕਲੀਫ ਸਹੀ ਸਾਰਾ ਕੁਛ ਕੀਤਾ ਔਰ ਪੂਰਾ ਹਿੰਦੁਸਤਾਨ ਖੜਾ ਸੀ ਵੀ ਆਹ ਤਿੰਨ ਬੰਦੇ ਨੂੰ ਫਾਂਸੀ ਚੜਾ ਦੋ, ਲੇਟ ਕਿਉਂ ਕਰ ਰਹੇ ਹੋ? ਸਾਨੂੰ ਇੰਜ ਲੱਗਿਆ ਵੀ ਇਹ ਖਤਮ ਹੋ ਜਾਏਗਾ, ਇਸ ਤੋਂ ਬਾਅਦ ਇਹ ਜ਼ੁਲਮ ਔਰ ਰੇਪ ਖਤਮ ਹੋ ਜਾਵੇ, ਉਦੋਂ ਜ਼ਿਆਦਾ ਵੱਧ ਗਿਆ। ਸੋ ਇਸ ਕਰਕੇ ਦੁਨੀਆਂ ਦੇ ਉੱਤੇ ਆਪਾਂ ਸਾਰੇ ਬੰਦੇ ਪੜ੍ਹੇ ਲਿਖੇ ਹਾਂ, ਆਪਾਂ ਇੱਕ ਗੱਲ ਹਜ਼ਾਰਾਂ ਵਾਰ ਸਾਰਿਆਂ ਨੇ ਸੁਣੀ ਹੈ ਕਿ ਇਸ ਧਰਤੀ ਦੇ ਉੱਤੇ ਕੁਦਰਤ ਦੀ ਸਭ ਤੋਂ ਵੱਡੀ ਕ੍ਰੀਏਸ਼ਨ, ਸਭ ਤੋਂ ਵੱਡੀ ਸਿਰਜਣਾ ਮਨੁੱਖ ਹੈ। ਉਹਨੇ ਇੱਕ ਐਸੀ ਚੀਜ਼ ਬਣਾ ਕੇ ਭੇਜੀ ਵੀ ਇਹਦੇ ਵਿੱਚ ਦਿਮਾਗ ਹੈ, ਕੁਦਰਤ ਨੇ ਵੀ ਇਹ ਆਪਣੀ ਜ਼ਿੰਦਗੀ ਨੂੰ ਹੋਰ ਬਿਹਤਰ ਬਣਾ ਸਕਦਾ, ਆਪਣੇ ਦਿਮਾਗ ਦੇ ਨਾਲ ਹੋਰ ਸੋਹਣਾ ਬਣਾ ਸਕਦਾ, ਇਹ ਜ਼ਿੰਦਗੀ ਨੂੰ ਜਿਉਣ ਜੋਗਾ ਬਣਾ ਸਕਦਾ। ਪਰ ਇਸ ਬੰਦੇ ਨੇ ਧਰਤੀ ਦੇ ਅੱਗੇ ਕੀ ਕੀਤਾ, ਇਸ ਧਰਤੀ ਨੂੰ ਕਰੂਪ ਕਰਤਾ, ਰਿਸ਼ਤੇ ਤਾਰ ਤਾਰ ਕਰਤੇ, ਅਤੇ ਇਹਨੇ ਇਸ ਧਰਤੀ ਨੂੰ ਜਿਉਣ ਜੋਗਾ ਛੱਡਿਆ ਨਹੀਂ ਹੈ। ਸੋ ਇਸ ਕਰਕੇ ਮੈਂ ਸਮਝਦਾ ਹਾਂ ਕਿ ਸਾਡੇ ਮੇਕਰ ਸਾਹਿਬਾਨ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਕਿ ਆਪਾਂ ਸਮਾਜ ਦੇ ਵਿੱਚ ਆਪਣਾ ਬਣਦਾ ਯੋਗਦਾਨ ਕੀ ਪਾ ਸਕਦੇ ਹਾਂ। ਇੱਕ ਪੱਤਰਕਾਰ ਆਪਣੀ ਪੱਤਰਕਾਰਤਾ ਰਾਹੀਂ ਯੋਗਦਾਨ ਪਾ ਰਿਹਾ, ਕਲਾਕਾਰ ਆਪਣੀ ਕਲਾ ਰਾਹੀਂ ਪਾ ਰਿਹਾ, ਫੌਜੀ ਆਪਣੀ ਡਿਊਟੀ ਕਰਕੇ ਪਾ ਰਿਹਾ, ਟੀਚਰ ਆਪਣੀ ਸਿੱਖਿਆ ਦੇ ਕੇ ਪਾ ਰਿਹਾ, ਪ੍ਰਚਾਰਕ ਆਪਣੇ ਤਰੀਕੇ ਨਾਲ ਲੱਗਿਆ ਹੋਇਆ। ਸੋ ਇਸ ਕਰਕੇ ਅਸੀਂ ਸਮਝਦੇ ਹਾਂ ਕਿ ਹਰ ਬੰਦੇ ਨੂੰ
ਇਹ ਨਹੀਂ ਕਹਿਣਾ ਦੂਜੇ ਨੂੰ ਕਿ ਦੂਜਾ ਕੰਮ ਨਹੀਂ ਕਰ ਰਿਹਾ, ਦੂਜੇ ਨੂੰ ਛੱਡੋ, ਪਹਿਲਾਂ ਆਪਣਾ ਕੰਮ ਕਲੀਅਰ ਕਰੇ। ਆਪਾਂ ਆਪੋ ਆਪਣੇ ਕੰਮਾਂ ਪ੍ਰਤੀ, ਆਪੋ ਆਪਣੇ ਫਰਜ਼ਾਂ ਪ੍ਰਤੀ ਇਮਾਨਦਾਰ ਹੋਈਏ, ਇਹ ਸਾਡੀ ਫਿਲਮ ਦਾ ਸੁਨੇਹਾ ਹੈ।